ಅಪಗಮಾನಿಗೆ ಫಿಲೆಟ್ ಆಕ್ಚುಲಿ ಫಿಲೆಟ್ ನಾಮ ಮಾಡಿಯ ರೋವರ್ ರೌಂಡ್ ನಾಮ ರೌಂಡ್ ಕೈ ಆಪ್ಷನ್ ਹੈਗੀ ਹੈ ਤੇ ਸਭ ਤੋਂ ਇੰਪੋਰਟੈਂਟ ਹੈ ਕਿਉਂਕਿ ਇਹੀ ਨਹੀਂ ਲੱਗੂਗੀ ਸਾਰਾ ਮਾਡਲ ਬਣ ਜੂਗਾ ਫਿਲੇਟ ਨਹੀਂ ਲੱਗਦੀ ਮੌਕੇ ਤੇ ਫਿਲੇਟ ਫਸ ਜਾਂਦੀ ਹੈ ਰਾਊਂਡ ਟੂਲ ਰਾਊਂਡ ਟੂਲ ਦੇ ਵਿੱਚ ਕੀ ਹੈ ਰਾਊਂਡ ਸਭ ਤੋਂ ਪਹਿਲਾਂ ਸਿੰਪਲ ਐਜ ਸਿਲੈਕਟ ਕਰੋ ਰੇਡੀਅਸ ਆਉਣ ਲੱਗ ਜੂਗਾ ਜਿੰਨਾ ਰੇਡੀਅਸ ਆਪਾਂ ਚਾਹੁੰਦੇ ਹੈਗੇ ਹਾਂ ਓਨੇ ਰੇਡੀਅਸ ਦੀ ਰਾਊਂਡ ਲੱਗ ਜੂਗਾ ਆਪਾਂ ਇਹੀ ਚੀਜ਼ ਨੂੰ ਕੰਟਰੋਲ ਦਬਾ ਕੇ ਵੀ ਸਿਲੈਕਟ ਕਰ ਸਕਦੇ ਕੰਟਰੋਲ ਦਬਾ ਕੇ ਜਿੰਨੀਆਂ ਐਜਿਸ ਸਿਲੈਕਟ ਕਰਾਂਗੇ ਓਨੇ ਰਾਊਂਡ ਹੋਏ ਹੁਣ ਹੋਇਆ ਕੀ ਇਹਦੇ ਨਾਲ ਕੰਟਰੋਲ ਦੱਬਣ ਨਾਲ ਇਹ ਸੈੱਟ ਨੰਬਰ 1 ਦੇ ਵਿੱਚ ਚਾਰ ਰੈਫਰੈਂਸ ਲਾਈਨਾਂ ਆ ਗਈਆਂ ਅਤੇ ਹਰ ਇੱਕ ਦਾ ਇੱਕ ਰੇਡੀਅਸ ਹੈ 50 ਦਾ ਠੀਕ ਓਕੇ ਇੱਕ ਐਜ ਕੰਟਰੋਲ ਦਵਾ ਕੇ ਆ ਐਜ ਠੀਕ ਹੈ ਹੁਣ ਇਹ ਤਿੰਨਾਂ ਦਾ ਰੇਡੀਅਸ ਜਿਹੜਾ ਹੈਗਾ ਸੇਮ ਹੈ ਜੇ ਮੈਂ ਬਿਨਾਂ ਕੰਟਰੋਲ ਦੇ ਇੱਕ ਹੋਰ ਐਜ ਸਿਲੈਕਟ ਕਰ ਲੈਂਦਾ ਅਤੇ ਇਹਦਾ ਰੇਡੀਅਸ ਮੈਂ ਅਲੱਗ ਦੇ ਸਕਦਾ ਹੋਇਆ ਕੀ ਉਹਨੇ ਕੀ ਕੀਤਾ ਦੋ ਸੈੱਟ ਬਣਾ ਤੇ ਪਹਿਲੇ ਸੈੱਟ ਦਾ ਦੇ ਵਿੱਚ ਤਿੰਨ ਲਾਈਨਾਂ ਦੂਜੇ ਸੈੱਟ ਦੇ ਵਿੱਚ ਇੱਕ ਲਾਈਨ ਪਹਿਲੇ ਸੈੱਟ ਦਾ ਰੇਡੀਅਸ ਇੱਥੇ ਹੈ ਅਤੇ ਦੂਜੇ ਸੈੱਟ ਦਾ ਰੇਡੀਅਸ ਇੱਥੇ ਹੈ ਠੀਕ ਹੈ ਯਾਨੀ ਇੱਕ ਹੋ ਗਿਆ ਵਿਦ ਕੰਟਰੋਲ ਇੱਕ ਹੋ ਗਿਆ ਵਿਦਆਊਟ ਕੰਟਰੋਲ ਠੀਕ ਇੱਕ ਹੋਰ ਇਹਦੇ ਵਿੱਚ ਰੇਡੀਅਸ ਹੈਗਾ ਵੀ ਮੈਂ ਦੋ ਫੇਸਿਸ ਨੂੰ ਸਿਲੈਕਟ ਕਰਕੇ ਵੀ ਫਿਲਟ ਲਗਾ ਸਕਦਾ ਮਤਲਬ ਕੋਈ ਜ਼ਰੂਰੀ ਨਹੀਂ ਐਜ ਹੀ ਚੱਕਣੀ ਹੈ ਦੋ ਰੇਡੀਅਸ ਵੀ ਲਗਾ ਸਕਦੇ ਹੁਣ ਰੇਡੀਅਸ ਲੱਗ ਗਿਆ ਧਿਆਨ ਨਾਲ ਦੇਖੋ ਕੀ ਹੁੰਦਾ ਮੈਂ ਐਜ 'ਤੇ ਸਿਲੈਕਟ ਕੀਤਾ ਉੱਧਰ ਵਾਲੀ ਸਿਲੈਕਟ ਆਪਣੇ ਆਪ ਹੋ ਗਈ ਕਿਉਂ ਕਿਉਂਕਿ ਉਹ ਟੈਂਜੈਂਟ ਸੀ ਠੀਕ ਹੈ ਹੁਣ ਮੈਂ ਟੈਂਜੈਂਟ ਨਹੀਂ ਚਾਹੁੰਦਾ ਮੈਂ ਸਿਰਫ ਇੱਕ ਸਾਈਡ ਦੇ ਰੇਡੀਅਸ ਲਗਾਉਣਾ ਚਾਹੁੰਦਾ ਸੈਟਸ ਰੈਫਰੈਂਸ ਕਰਨ ਦੇ ਵਿੱਚ ਆਇਆ ਜੇ ਡਿਟੇਲ ਰੂਲਡ ਬੇਸਡ ਪਾਰਸ਼ਲ ਲੋ ਓਕੇ ਓਕੇ ਸਿਰਫ ਇੱਕ ਐਜ ਤੇ ਮਤਲਬ ਪਾਰਸ਼ਲ ਲੁੱਕ ਜਿੰਨਾ ਏਰੀਆ ਸਾਨੂੰ ਚਾਹੀਦਾ ਹੈਗਾ ਓਨੇ ਏਰੀਆ ਜਦੋਂ ਆਪਾਂ ਸੋਰੀ ਐਜ ਹੀ ਸਿਲੈਕਟ ਕਰ ਲੈਂਦੇ ਇੱਥੇ ਰਾਈਟ ਕਲਿੱਕ ਐਡ ਰੇਡੀਅਸ ਹੁਣ ਮੈਂ ਕੀ ਕਰ ਸਕਦਾ ਇੱਕ ਹਾਂ ਮਲਟੀਪਲ ਰੇਡੀਅਸ ਕਹਿ ਸਕਦਾ ਬਈ ਇੱਕ ਸਾਈਡ ਅਲੱਗ ਰੇਡੀਅਸ ਦੂਜੀ ਸਾਈਡ ਅਲੱਗ ਰੇਡੀਅਸ ਆਪਾਂ ਇਹ ਮਲਟੀਪਲ ਰੇਡੀਅਸ ਜਿੰਨੇ ਮਰਜ਼ੀ ਹੋ ਸਕਦੇ ਹੈਗੇ ਇੱਥੇ ਫਿਰ ਰਾਈਟ ਕਲਿੱਕ ਐਡ ਰੇਡੀਅਸ ਆਹ ਦੇਖੋ ਇੱਥੇ ਆ ਰਿਹਾ 0.80 ਇਹ ਪਰਸੈਂਟੇਜ ਹਾਂ 0.77 ਕਰਦਾ ਉਹਨੂੰ ਅੱਗੇ ਚਲਾ ਜਾਓ ਵੀ ਜਿੰਨਾ ਰੇਡੀਅਸ ਸਾਨੂੰ ਚਾਹੀਦਾ ਇੱਧਰਲੇ ਪਾਸੇ ਕਿੰਨਾ ਚਾਹੀਦਾ ਉੱਧਰਲੇ ਪਾਸੇ ਕਿੰਨਾ ਚਾਹੀਦਾ ਰਾਈਟ ਕਲਿੱਕ ਐਡ ਰੇਡੀਅਸ ਅੱਛਾ ਇਹੀ ਚੀਜ਼ ਆਪਾਂ ਕਿਸੇ ਹੋਰ ਚੀਜ਼ ਨੂੰ ਵੀ ਬਣਾ ਦਿੱਤਾ ਇੱਥੇ ਵੀ ਆਪਾਂ ਰਾਈਟ ਕਲਿੱਕ ਐਡ ਰੇਡੀ ਹੁਣ ਜਿੱਦਾਂ ਇੱਥੇ ਕੋਈ ਨੈੱਟ ਬੋਰਡ ਲਗਾਉਣਾ ਆਪਾਂ ਨੂੰ ਇੱਕ ਪਾਸੇ ਸਟਰੈਂਥ ਚਾਹੀਦੀ ਹੁੰਦੀ ਹੈ ਇੱਕ ਪਾਸੇ ਨਹੀਂ ਚਾਹੀਦੀ ਹੁੰਦੀ ਜਾਂ ਆਪਾਂ ਕੰਪਰੋਮਾਈਜ਼ ਕਰ ਸਕਦੇ ਹੈਗੇ ਹਾਂ ਵੀ ਇਸ ਜਗ੍ਹਾ ਇਹ ਜਿਹੜੇ ਇੱਥੇ ਜਗ੍ਹਾ ਚਾਹੀਦੀ ਹੈ ਕੋਈ ਕਲੈਂਪ ਲਗਾਉਣਾ ਹੈ ਕੋਈ ਕੋਈ ਹੋਰ ਕੰਪੋਨੈਂਟ ਫਿੱਟ ਕਰਨਾ ਹੈ ਕੁਛ ਵੀ ਕਿਸੇ ਵੀ ਰੀਜ਼ਨ ਕਰਕੇ ਬਟ ਫਿਲਟ ਵੀ ਚਾਹੀਦੀ ਹੈ ਉਦੋਂ ਅਸੀਂ ਆਪਾਂ
एक होर ऑप्शन भी हैगी इहदे विच एजिसलाइड कीती एज सिलेक्ट करने तो पहला मैं की करता है बात बिच भी कर सकते हैं वैसे इतने एक पॉइंट लगाता है डेटम पॉइंट 0.66 आप इतने रेशो की जगह रियल कर देंगे तो यह पॉइंट तो डिमेंशन आनी शुरू हो जाए पॉइंट लगाता मैं चाहना इस जगह से रेडियस राइट क्लिक शो ट्रांजिशन ये की होगा भी केड़ी साइड सानू नहीं चाहिए मैं जी आ साइड नहीं चाहिए स्टॉप एट रेफरेंस केड़े पॉइंट तक मैं जी आ वाले पॉइंट मतलब कि आप डेटा पॉइंट लाता डेटा पॉइंट लगा के उन्होंने क्या भी इतों की इधरले पास आना इतने तक ही रहना ये डेटा पॉइंट की जगह से मैं प्लेन भी सिलेक्ट कर सकता सी रेडियस लिया शो ट्रांजिशन केड़ी साइड आवली साइड स्टॉप एट रेफरेंस फ्रॉम एट दिस पॉइंट ठीक ये भी बहुत काम दी हुई है कई बार सानू अगे तक नहीं चाहिए होंगी अच्छा आप इदा भी कर सकते हैं मैं की किया इस प्लेन के उत्ते मैं एक स्केच बनाया ज़्यादा टेढ़ा मेढ़ा नहीं चाहिए थोड़ा जा पढ़ा लिखा जाओ इतने बना ठीक है जी लिखी मैं इतने ऑप्शन हैगी है साढ़े को थ्रू गर्ल सैट्स के गर्ल सिलेक्ट उन्हें की किता जिदा रिवॉल्व होंदा है जस्ट लाइक रिवॉल्व वाली टाइप उन्हें पूरा पूरा इस करके बनाने ताकि डायमेंशन हो बाहर भी बना कोई फर्क नहीं पैंदा बट वही इलॉजिकल एरर आ जाना फिर समझ नहीं आना भी किधरों घुमा रहे हूँ इतने तो मैं पता है ना इतों की लेके इतने तक घुमा रहे स्केच बने एज सिलेक्ट की रेडियस कितना मर्जी हो ना कोई फर्क नहीं पैना थ्रू कर क्योंकि उन्हें तो कर्व के हिसाब से रहना वो तो हूँ तो भुल गया ठीक रखूगा और ओवर फेस ना टेंजेंसी ਇਹ ਤਾਂ ਕਮਾਂਡ ਇਹੋ ਜਿਹੀ ਮੌਕੇ ਤੇ ਯਾਦ ਆਉਣੀ ਚਾਹੀਦੀ ਹੈ ਵੀ ਇੱਦਾਂ ਨਹੀਂ ਕਰ ਸਕਦੇ ਇੱਕ ਸਾਡੇ ਵਾਸਤੇ ਇੱਕ ਦਰਵਾਜ਼ਾ ਖੁੱਲ ਰਿਹਾ ਹੈ ਕਿਤੇ ਯੂਜ਼ ਹੋਊਗੀ ਕਿਤੇ ਨਹੀਂ ਹੋਊਗੀ ਅੱਛਾ ਇਹਦੇ ਵਿੱਚ ਇੱਕ ਹੋਰ ਬੜੀ ਵਧੀਆ ਆਪਸ਼ਨ ਹੈ ਹੁਣ ਮੈਂ ਆਹ ਸਿਲੈਕਟ ਕੀਤੀ ਕੰਟਰੋਲ ਦਬਾ ਕੇ ਆਹ ਸਿਲੈਕਟ ਕੀਤੀ ਇੱਥੇ ਲਿਖਾਉਂਦੀ ਹਾਂ ਮੈਂ ਰਾਈਟ ਕਲਿੱਕ ਸ਼ੋ ਟ੍ਰਾਂਜੀਸ਼ਨ ਆਹ ਬਿੱਚ ਵਾਲੇ ਨੂੰ ਸਿਲੈਕਟ ਪਹਿਲਾਂ ਮੈਂ ਇੱਦਾਂ ਹੀ ਓਕੇ ਕਰਕੇ ਦਿਖਾਉਣਾ ਤੁਹਾਨੂੰ ਕਿਵੇਂ ਗੋਲ ਬਣ ਜਾਂਦਾ ਜੇ ਉੱਦਾਂ ਹੀ ਕਰੀਏ ਬਿਨਾਂ ਕੁਛ ਕੀਤੇ
जे मैं इतने राइट क्लिक शो ट्रांजिशन करके बिच आ जाऊँ सर इतने कर लो इंटरसेक्ट इंटरसेक्ट हो गया एक आज 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 राइट क्लिक शो ट्रांजिशन एंड सेलेक्ट इंटरसेक्ट ठीक है। एक होर ऑप्शन हैगी साढ़े को इहदे विच ही दो आई सिलेक्ट करो इत्थे एक ऑप्शन हैगी है एक सेकंड तीनों कर दां इहनू कीता ठीक है राइट क्लिक आ वी बटन शो ट्रांजिशन दा ही राइट क्लिक शो ट्रांजिशन ट्रांजिशन करना ना इत्थे आ जांदा विच आले नूं सिलेक्ट कीता इत्थे मैं सिलेक्ट कीता कॉर्नर स्फीयर थर्डवर्क्स भी हैगी ऑप्शन ये 50 नूं मैं थोड़ा जिहा वधा दिंदा 100 कर दिंदा तो उन्हें की कीता एक स्फीयर हुंदा जिहड़ा स्फीयर लै के ਉਹਨੂੰ ਇਧਰੋਂ ਪੈਚ ਕਰਤਾ ਇਧਰੋਂ ਪੈਚ ਕਰਤਾ ਤੇ ਇਧਰੋਂ ਪੈਚ ਕਰਤਾ ਤਿੰਨੋਂ ਸਾਈਡਾਂ ਤੋਂ ਪੈਚ ਕਰ ਇਹਨੂੰ ਆਪਾਂ ਲੰਬਾ ਖਿੱਚ ਸਕਦੇ ਹਾਂ ਅੱਗੇ ਤੱਕ ਇਸ ਫਿਲਡ ਦੇ ਵਿੱਚ ਸਭ ਤੋਂ ਜ਼ਿਆਦਾ ਸਟਰੈਂਥ ਹੁੰਦੀ ਹੈ ਜਿਸ ਜਗ੍ਹਾ 'ਤੇ ਸਟਰੈਂਥ ਦੀ ਜ਼ਰੂਰਤ ਹੋਵੇ ਤਿੰਨੋਂ ਵਰਨਾਂ ਨੂੰ ਉਦੋਂ ਇਹ ਲਾਈ ਦੀ ਤਿੰਨੋਂ ਐਜ ਸਿਲੈਕਟ ਕੀਤੀ राइट क्लिक शो ट्रांजिशन इन्हें सिलेक्ट किया कॉर्नर स्फीयर रेडियस देता ठीक है। आ लेंथ आ रही है कितनी लेंथ तक कितने तक चाहिए ठीक। एक होर ऑप्शन भी है साढ़े को उसके बाद तो शेप चेंज कर दा मैं कोई शेप बनाती हूँ ठीक है। हूँ मैं की करता मैं जब आज रेडियस लगाना बड़ा सारा जड़ा उन्होंने भी क्रॉस कर रहे तो की करता ये शेप खराब कर देता तो आप की करते हैं राइट क्लिक शो ट्रांजिशन आप बिच वाले नूं सिलेक्ट करके ब्लेंड कर देने ਆਪਾਂ ਬਲੈਂਡ ਕਮਾਂਡ ਨਹੀਂ ਕੀਤੀ ਉਹੀ ਚੀਜ਼ ਕਰਤੀ ਉਹਨੇ ਇਧਰੋਂ ਲੈਣਾ ਸੈਕਸ਼ਨ ਚੱਕਿਆ ਇੱਕ ਤਾਂ ਲੈ ਕੇ ਤੇ ਉਹ ਕਰਨ ਨੂੰ ਮਿੰਟੀਆਂ ਤਾਂ ਬਲੈਂਡ ਹੋਰ ਵੀ ਹੈਗੀ ਹੈ ਬਲੈਂਡ ਦੇ ਵਿੱਚ ਇੱਕ ਆਪਸ਼ਨ ਉਹ ਇਹਦੇ ਵਿੱਚ ਉਹਨੇ ਰੇਡੀਅਸ ਖਰਾਬ ਜਾਂ ਨਹੀਂ ਕਰਤਾ ਉਹਨੇ ਖਰਾਬ ਤਾਂ ਹੋ ਗਿਆ या हम कह सकते खराब हो गए या हम कह सकते हैं ब्लेंड करता हूँ ब्लेंड ज़्यादा अच्छा वर्ड है एक्चुअली जिहड़े आ रेडिएटर नहीं होंगे गड्डिया के ये जी उपर इधर जिहदे उत्ते लग्या हुंदा मूं ढक्कन जी साइड है उत्थे ही लगती है ब्लेंड करना पैंदा नहीं तो दो रेडियस आपस बढ़ जाते एक दूजे के शेप भी खराब कर देंगे
एच भी हुई जिदा ड्राफ्ट दे विच ऑप्शन सी की एक साइड चाहिए एक साइड नहीं चाहिए वही चीज आप इतने भी कर सकते जब मैं फ्रेड लगाऊंगा आ फेस ते आ फेस सॉरी दोनों साइड लग रही पीसेस एक वास है एक्सक्लूड लग ठीक एक और ऑप्शन भी है तीनों सिलेक्ट की राइट क्लिक शो ट्रांजिशन अब चलने सिलेक्ट किया इतने ऑप्शन आती है पैच केड़ी सर्विस देना पैच मैं क्या जी ये देना उन्हें एक तरीके सर्विस के नाल पैच लगा ठीक है एक होर ऑप्शन भी है ये सपोज करो मैं कोई शेप बनाना कुछ यह जी भी बना सकते हैं डायरेक्शन चेंज कर देना ठीक है इन्हें दोनों के बीच गैप है आ फेस में सिलेक्ट किया कंट्रोल दबा के आ फेस में सिलेक्ट डन उन्हें अंदर भर देना दो सरफेस है ना फेस सिलेक्ट किया इधर वाला इधर वाला उन्होंने मतलब थले की है कि नहीं फेस टू फेस फ्लिप एक और ऑप्शन भी है तो सेट्स दे विच सर्कुलर है जो कुछ भी आप कीता विच कोनिक कर सकते हैं कोनिक करना की होगा एक और ऑप्शन भी आ जाएगी इन्हें कहते हैं रो आर एच रो या तो रेडियस तो उन्ने दे लाना है बट ओदी टेंजेंसी जिहड़ी गोलाई है ओनू आपां चेंज कर सकते हैं मतलब थोड़ी जी स्ट्रेंथ आ जाती है देखो ना मटेरियल घट रिमूव होया ओदे विच पूरा गोल कर देते ज्यादा होना सी आपां अज दा आ शेप है ओदा भी बना कोनिक कोनिक फिलेट कहते हैं जिदा गद्दी नहीं है गद्दी के पिछे देखो जिते हीरो आंडा लिखा उत्ते वाली जगह तो रेडियस तो लाया उन्होंने बट शेप जी चेंज करती और जी जगह पर लगा सकते ये आप इदा भी कर सकते हैं सर्कुलर की जगह ना डी वन इंटू डी टू यानी मैं इधरले पास अलग रेडियस इधरले पास अलग रेडियस तो यदा आ भी चेंज कर रेडियस तो चेंज हों हाँ जी हूँ तो रेडियस तो आ ही रहा ना उन्हें
रेडियस आ ही नहीं रहा, इधर वाला डिस्टेंस आ रहा, इधर वाला डिस्टेंस आ रहा, विच ओ जरा घटता करता है वो रो है, रो यूनिट हम देंगे, रो लोग ये कह सकते हैं टेंजेंट, टेंजेंट ही देंगे भाई, बिल्कुल टेंजेंट थोड़ा टेंजेंट स्मूथनेस कितनी ज्यादा स्मूथ है। ਮਤਲਬ ਲੱਗਦਾ ਜਿੱਥੇ ਲੱਗਦਾ ਹੀ ਨਹੀਂ ਕੋਈ ਰੇਡੀਅਸ ਉੱਥੇ ਉੱਥੇ ਲਾ ਦੋ, ਜਿੱਥੇ ਸੈੱਟ ਹੁੰਦਾ ਉੱਥੇ ਲਾ ਦੋ, ਉੱਥੋਂ ਡਿਸਟੈਂਸ ਲੈ ਲਓ ਉੱਧਰੋਂ ਡਿਸਟੈਂਸ ਲੈ ਲਓ, ਦੋਨੋਂ ਪਾਸੇ ਡਿਸਟੈਂਸ ਲੈ ਕੇ ਆਪ ਨੇ ਬਣਾ ਦੋ। D1 D2 into C2 ਕੌਣ ਕੌਣ ਇੱਥੇ ਸੀ ਉਹੀ ਹੈ ਗੱਲ, ਮੌਕੇ ਤੇ ਯਾਦ ਆਣੀ ਚਾਹੀਦੀ, ਜਿਹਨੂੰ ਮੌਕੇ ਤੇ ਯਾਦ ਆ ਗਿਆ ਉਹਨੂੰ ਆ ਗਿਆ। ਮੈਂ ਇੱਥੇ ਗਿਆ ਸੀ ਨਾ ਯਾਰ, ਹੈਂਜੀ GS8 ਇਹ ਹੀ ਬਣਾਉਂਦੇ ਆ ਰੇਡੀਏਟਰ, ਰੇਡੀਏਟਰ GS ਰੇਡੀਏਟਰ ਅਤੇ ਇਹਨਾਂ ਤੋਂ ਨਹੀਂ ਲੱਗ ਰਿਹਾ ਸੀ ਐਕਸਲੈਂਟ, ਉਹ ਬੰਦੇ ਕਹਿੰਦੇ ਵੀ ਥ੍ਰਿਲ ਲੱਗਦਾ ਨਹੀਂ ਹੈ। ਮੈਂ ਕਿਹਾ ਲਾ ਦਿੰਦਾ ਯਾਰ 1,000 ਰੁਪਏ ਲਾਉਂਗਾ, ਮੈਂ ਕਿਹਾ ਬਾਅਦ 'ਚ ਨਹੀਂ ਤੁਸੀਂ ਦੇਣਾ, ਮੈਂ ਪਹਿਲਾਂ ਹੀ ਲਾਊਂਗਾ, ਮੈਂ ਕਿਹਾ 1,000 ਰੁਪਏ ਦਿਓ ਹੁਣੇ ਲਾ ਦਿੰਦਾ। ਫਿਰ ਉਹਨਾਂ ਨੂੰ ਪੈਸੇ ਦਿੱਤੇ ਆਪਾਂ ਲਾ ਤਾ, ਫਿਰ ਕਹਿੰਦੇ ਲੈ ਤਾਂ 2 ਮਿੰਟ ਦਾ ਕੰਮ ਜੀ, ਮੈਂ ਕਿਹਾ ਇਹੀ ਸਰ ਉਹਦੀ ਤਾਂ ਪੈ 2 ਮਿੰਟ ਦੀ ਤਾਂ ਪੈ। ਕਿਹੜੀ ਚੀਜ਼ ਯਾਦ ਆਈ ਉਹੀ ਚੀਜ਼ ਹੈ। ਇੱਕ ਹੋਰ ਚੀਜ਼ ਦਿਖਾਉਣਾ, ਹੁਣ ਮੈਂ ਇਹਨੂੰ ਓਕੇ ਕੀਤਾ, ਦੇਖੋ ਇੱਥੇ ਵੀ ਸ਼ੇਪ ਹੈ, ਇੱਥੇ ਬਲੈਂਡ ਵੀ ਕਰ ਸਕਦੇ ਹੈਗੇ, ਇੱਕ ਇਹਨਾਂ ਨੇ ਆਪਸ਼ਨ ਦਿੱਤੀ ਹੈ ਸਰਫੇਸ ਦੀ, ਇੱਥੇ ਆਪਾਂ ਸਰਫੇਸ ਵੀ ਬਣਾ ਦਾ, ਹੁਣ ਇਹ ਸਰਫੇਸ ਹੈ ਉੱਪਰ ਵਾਲੀ, ਕ੍ਰੀਏਟ ਐਂਡ ਸਰਫੇਸ, ਹੁਣ ਕੱਟ ਤਾਂ ਦਿੱਤਾ ਉਹਨੇ ਬਟ ਹੈ ਸਰਫੇਸ, ਬਾਕੀ ਤਾਂ ਮੌਕੇ 'ਤੇ ਕੀ ਹੁੰਦਾ ਯਾਰ।